ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਸ੍ਰੀ ਮਹਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜ ਮਾਲ ਜੋਵਨ ਤਨ ਜੀਅਰਾ ਇਹਨੇ ਉੱਪਰ ਲੈ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਰ ਦਾ ਚੰਦ ਸੰਸਾ ਗੁਰੂ ਸ੍ਰੀ ਵਾਹਿਗੁਰੂ ਜੀ ਮਾਣਿਆਂ ਦੇ ਮਾਣ ਕਰਨ ਦੀ ਤਨ ਤੇ ਨੂੰ ਸੇਵਾ 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 ਸ
अरदास सिक्योन का श्री वाहिगुरु जी की।
ਸੱਜੇ ਪਾਤਸ਼ਾਹੀ ਪਗਾਤੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਾਤੀ ਸਰਕਾਰ ਗੁਰੂ ਨਾਨਕ ਲੈ ਧਿਆਈ ਪਿੱਤਰ ਗੁਰ ਦੀ ਅਮਰਦਾਸ ਰਾਮ ਦਾਸ ਸਾਇਰ ਤੇ ਨਰ ਗੋਬਿੰਦੋ ਸਿਮਰੋ ਸ੍ਰੀ ਅਰਾਏ ਸ੍ਰੀ ਅਕਸ਼ਨ ਧਿਆਈ ਪਿੱਤਰ ਸਭ ਜਾਏ ਕੀ ਬਹਾਦਰ ਸਿਮਰੀ ਕਰਨੋ ਪਿਆਵੇ ਧਾਈ ਸਭ ਤਾਈ ਮਾਜਿਕ ਸਾਹਿਬ ਸ੍ਰੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਨਾਮੀ ਸਾਹਿਬ ਸਾਂ ਪਾਤਸ਼ਾਹ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਾਤਾ ਅੰਤਰ ਖਾਲਸਾ ਜੀ ਗੋਲਾ ਜੀ ਸ੍ਰੀ ਅੰਮ੍ਰਿਤ ਕਾ ਪ੍ਰਸ਼ਾਦ ਜੀ ਤੇਗ ਹਾਜ਼ਰ ਹੈ ਸੰਤਾਂ ਵਾਸਤੇ ਲੰਗਰ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸੰਗਤ ਪ੍ਰਤੋਂ ਦੀ ਆਗਿਆ ਹੋਵੇ ਕਰੋ ਕਿਰਪਾ ਹੁਕਮਨਾਮੀ ਬਖਸ਼ੋ ਹੁਕਮਨਾਮੀ ਤੇ ਚਲੰਦੀ ਸੰਤਾ ਸੁਨਾਮ ਚੇਤਾ ਸੋ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਜੀਅਰਾ ਇਹਨੇ ਉੱਪਰ ਲੈ ਬਾਰੇ
मन तन राम नाम हित कर सुख सहज आनंद मंगल सहत पवन पारे उतारे रहाओ तन सुथान तन ओए पवना जाव संत वसारे जन नानक की श्रद्धा पुरु ठाकर भगत तेरे नमस्कारे जन नानक की श्रद्धा पुरु ठाकर भगत तेरे नमस्कारे वाहेगुरु जी का खालसा वाहेगुरु जी की फतेह। परंतु महाराज इस बारी गुरु घर साहब जानी है गुरुद्वारा साहब पहुंचने की सारे ने कृपालता करनी उत्थे ही कीर्तन ते समाप्ति उत्थे ही है। वाहेगुरु जी का खालसा वाहेगुरु जी की फतेह। रामगढ़िया गुरुद्वारा नेक पापी पर सारे नु पता है जी मैं Oh,
Thank you.
ਪਰਮਾਤਮਾ ਨੇ ਬਖਸ਼ਿਸ਼ ਕੀਤਾ ਗਿਆ ਸਵਾਸਾ ਨੂੰ ਭੋਗ ਕਰਕੇ ਭਗਵਾਨ ਚਲਾਣਾ ਕਰ ਗਏ। ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਬਹੁਤ ਸਾਰੇ ਇਕੱਠ ਵਿੱਚ ਸੰਗਤ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਲਾ ਇੱਥੇ ਜਿਹੜਾ ਵੀ ਜੀਵ ਆਇਆ ਉਹਨਾਂ ਦਾ ਸਾਰਾ ਪਰਿਵਾਰ ਗੁਰੂ ਅਮਰਦਾਸ ਸਾਹਿਬ ਜੀ ਦੇ ਮੰਜੇ ਦੇ ਕੋਲ ਬੈਠ ਗਿਆ ਕੁੰਜੇ ਹੱਥ ਜੋੜ ਲਏ। ਪਾਤਸ਼ਾਹ ਕਹਿਣ ਲੱਗੇ ਅਸਾਂ ਨੇ ਕੁਝ ਤੁਹਾਨੂੰ ਵਿਚਾਰ ਦੱਸਣੇ ਨੇ। ਜਨੀਕ ਬੈਠੇ ਸਨ ਉਹਨਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ੋਭਤ ਹੈ। ਇਹਨਾਂ ਨੇ ਉਹਨਾਂ ਬਚਨਾਂ ਨੂੰ ਕਲਮਬੱਧ ਕੀਤਾ। ਪਾਤਸ਼ਾਹ ਨੇ ਪ੍ਰਵਾਨ ਕੀਤਾ ਕਹਿੰਦੇ ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ ਮੱਤ ਮੈਂ ਪਿੱਛੇ ਕੋਈ ਰੂਪ ਸੀ ਜੋ ਮੈਂ ਮੁੱਲ ਨਾ ਪਾਇਆ। ਅਸੀਂ ਹੁਣ ਜਾਣ ਲੱਗਣਾ ਸੰਸਾਰ ਤੋਂ, ਖਬਰਦਾਰ ਜੇ ਤੁਸੀਂ ਰੋਈ ਤਾਂ ਮੱਤ ਮੈਂ ਪਿੱਛੇ ਕੋਈ ਰੂਪ ਸੀ, ਤੁਸੀਂ ਰੋਣਾ ਨਹੀਂ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕਿ ਰੋਣਾ ਨਹੀਂ ਤਾਂ ਇਹ ਦੱਸੋ ਕਿ ਕਰਨਾ ਕੀ ਹੈ। ਕਹਿੰਦੇ ਅੰਤੇ ਸਤਿਗੁਰ ਬੋਲਿਆ ਇਹ ਪਾਵਨ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ ਅੰਕਿਤ ਹੈ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ। ਜਦ ਅਸੀਂ ਗੁਜ਼ਰ ਗਏ, ਜਦ ਅਸੀਂ ਜੋਤੀ ਜੋਤ ਸਮਾ ਗਏ, ਕਹਿੰਦੇ ਕੇਸੋ ਕਪਾਲ ਪੰਡਿਤ ਨੂੰ ਸੱਦਣਾ ਤੇ ਹਰੀ ਦਾ ਜਾਪ ਜਪਣਾ। ਉਸ ਵਕਤ ਉੱਥੇ ਸ਼ਹਿਰ ਦੇ ਕੇਸੋ ਗੋਪਾਲ ਪੰਡਿਤ ਬੜੇ ਮਸ਼ਹੂਰ ਸਨ, ਉਹਨਾਂ ਨੂੰ ਬੁਲਾਉਣਾ ਤੇ ਹਰ ਹਰ ਕਥਾ ਪੜੇ ਪੁਰਾਣ ਜੀ ਹਰੀ ਦੀ ਕਥਾ ਕਰਨੀ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ। ਜਦੋਂ ਅਸੀਂ ਗੁਜ਼ਰ ਗਏ ਰੋਣਾ ਕਿ ਤੁਸੀਂ ਕੀਰਤਨ ਕਰਨਾ ਹੈ ਪਿੱਛੇ। ਸੋ ਉਹ ਕੀਰਤਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਹਾਂਬਚਨਾਂ ਅਨੁਸਾਰ ਆਪਾਂ ਕੀਰਤਨ ਕਰ ਰਹੇ ਹਾਂ ਤੇ ਸੁਣ ਰਹੇ ਹਾਂ ਜੋ ਪਾਵਨ ਬਚਨ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪ੍ਰਮਾਣ ਕੀਤਾ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀ। ਕਿਉਂਕਿ ਜਿਹੜਾ ਜੀਵ ਆਇਆ ਉਹਦੇ ਜਾਣਾ ਤੇ ਅਵਸ਼ ਹੈ ਤਾਂ ਕਿੰਨਾ ਚੰਗਾ ਹੋਵੇ ਉਹਦੇ ਜਾਣ ਤੋਂ ਬਾਅਦ ਵੀ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਦੇ ਲੋਕੋ ਪਰਮਾਤਮਾ ਨੂੰ ਪਰਮਾਤਮਾ ਸਾਰਿਆਂ ਨੂੰ ਚੰਗਾ ਲੱਗਦਾ, ਪਰਮਾਤਮਾ ਨੂੰ ਵੀ ਕੋਈ ਜੀਵ ਚੰਗਾ ਲੱਗਦਾ ਹੋਵੇਗਾ। ਭਾਈ ਗੁਰਦਾਸ ਜੀ ਦੀਆਂ ਪਾਵਨ ਬਚਨ ਹੈ ਭਾਈ ਗੁਰਦਾਸ ਜੀ ਦਾ ਕਿ ਜੋ ਪਰਮਾਤਮਾ ਦਾ ਸ਼ੁਕਰਾਨਾ ਕਰੇ ਚਾਹੇ ਅੱਗ ਦੀ ਭੀੜ ਉਹਦੇ ਤੇ ਕਿਉਂ ਨਾ ਵਾਪਰ ਗਈ ਹੋਵੇ, ਜੇਕਰ ਉਸਨੇ ਭਾਣਾ ਮਿੱਠਾ ਕਰਕੇ ਪਰਮਾਤਮਾ ਦਾ ਮੰਨਿਆ, ਜਿਸ ਜੀਵ ਨੇ ਪਰਮਾਤਮਾ ਦਾ ਭਾਣਾ ਮੰਨਿਆ ਪਰਮਾਤਮਾ ਨੂੰ ਵੀ ਉਹ ਜੀਵ ਚੰਗਾ ਲੱਗਦਾ। ਬੜਾ ਪਰਮਾਤਮਾ ਦੇ ਭਾਣੇ ਅਨੁਸਾਰ ਜੀਵਨ ਜੀਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਇਸਦਾ ਬੜਾ ਵੱਡਾ, ਕਿਉਂਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ ਜਿਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਏ ਟੱਲੇ ਆਵੇ ਨਾਨਕਾ ਸੰਦੇ ਉੱਠੀ ਜਾਏ। ਇਹ ਪਰਮਾਤਮਾ ਦਾ ਭਾਣਾ ਹੈ ਕਿ ਜਿਸ ਨੂੰ ਉਸਨੇ ਭੇਜਣਾ ਉਸਨੇ ਆਉਣਾ ਤੇ ਜਦ ਉਸਨੇ ਬੁਲਾਉਣਾ ਉਸਦੇ ਭਾਣੇ ਅੰਦਰ ਜੀਵਨ ਨੂੰ ਜਾਣਾ ਹੀ ਪੈਣਾ।
ਸੋ ਐਸ ਡੀ ਓ ਸਾਹਿਬ ਜੀ ਨੇ ਮੈਂ ਪੁੱਛਿਆ ਕਿ ਸਾਹਿਬ ਬਹਾਦਰ ਪੁਰਸਾ ਦੇ ਰਿਟਾਇਰ ਕਦੋਂ ਹੋਣਾ, ਕਹਿੰਦੇ ਬਸ ਅਗਲੇ ਮਹੀਨੇ ਰਿਟਾਇਰ ਹੋ ਜਾਣਾ। ਕਹਿੰਦੇ ਸਤਨਾਮ ਸਿੰਘ ਇੱਕ ਸਾਡੀ ਖੁਆਇਸ਼ ਮਨ ਦੇ ਵਿੱਚ ਰਹਿ ਗਈ, ਕੀ ਖੁਆਇਸ਼ ਰਹਿ ਗਈ ਕਿ ਸਾਡੀ ਰਿਟਾਇਰਮੈਂਟ ਦੇ ਵਿੱਚ ਸਾਡੇ ਪਿਤਾ ਦੀ ਜ਼ਰੂਰਤ ਨਹੀਂ ਹੋਣੀ, ਮਹੀਨਾ ਦੇ ਇੱਕ ਹੀ ਰਹਿ ਗਿਆ ਸੀ। ਸੋ ਬੜੀ ਉਮੀਦ ਹੁੰਦੀ ਹੈ ਹਰ ਮੁਲਾਜ਼ਮ ਨੂੰ ਕਿ ਮੈਂ ਰਿਟਾਇਰ ਹੋ ਕੇ ਘਰ ਵਿੱਚ ਜਾਵਾਂ ਅਤੇ ਮੇਰੇ ਮਾਤਾ ਪਿਤਾ ਦੀ ਖੁੱਲ੍ਹ ਲੈ ਕੇ ਖੜ੍ਹੇ ਹੋਣ। ਹਰ ਇੱਕ ਮੁਲਾਜ਼ਮ ਦੀ ਉਮੀਦ ਹੁੰਦੀ ਹੈ, ਹਰ ਇੱਕ ਮੁਲਾਜ਼ਮ ਦੀ ਖੁਆਇਸ਼ ਹੁੰਦੀ ਹੈ। ਹੁਣ ਆਪਣੀ ਉਹ ਹੀ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ, ਇਹ ਸਮਝ ਲੈਣਾ ਕਿ ਪਰਮਾਤਮਾ ਨੂੰ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਇਸੇ ਤਰ੍ਹਾਂ ਹੀ ਭਾਵਦਾ ਸੀ ਜੋ ਹੋਇਆ। ਸੋ ਇੱਕ ਵਾਰੀ ਅਸੀਂ ਕਿਸੇ ਦੇ ਘਰੋਂ ਰੋਟੀ ਖਾਣ ਗਏ, ਉਹਨਾਂ ਨੇ ਪੰਜਾਂ ਸਿੱਖਾਂ ਨੂੰ ਰੋਟੀ ਖਵਾਈ, ਇਹਨਾਂ ਦੇ ਘਰ ਬਹੁਤ ਦਿਨ ਹੀ ਲੰਘੇ, ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਸੀ। ਦਾਸ ਨੇ ਦੇਖਿਆ ਦਰਵਾਜ਼ੇ ਖੁੱਲ੍ਹੇ ਵਿੱਚ ਹੀ ਅੰਦਰ ਨੂੰ ਝਾਤ ਮਾਰੀ। ਐਸ ਡੀ ਓ ਸਾਹਿਬ ਆਪਣੇ ਪਿਤਾ ਦੇ ਮੂੰਹ ਦੇ ਵਿੱਚ ਚਮਚੇ ਦੇ ਨਾਲ ਕੋਈ ਪਾ ਰਹੇ ਸੀ। ਕਰਤੂਤ ਦਾ ਸਮਾ ਸ਼ਾਸਨ ਸੀ ਇਸ ਸਮੇਂ ਦੌਰਾਨ। ਅੱਜ ਕੱਲ੍ਹ ਦੀ ਜੋ ਜਨਰੇਸ਼ਨ ਹੈ ਐਸਾ ਕੁਝ ਨਹੀਂ ਕਰਦੀ, ਬਹੁਤ ਘੱਟ ਹੈ। ਜੇ ਇਹ ਸੁਭਾਗ ਸਮਾਂ ਬਖਸ਼ਿਸ਼ ਹੋ ਜਾਏ ਕਿ ਅੰਤਮ ਸਮਾਂ ਚੱਲ ਰਿਹਾ ਹੋਵੇ ਅਤੇ ਪੁੱਤਰ ਪਿਤਾ ਦੇ ਮੂੰਹ ਦੇ ਵਿੱਚ ਚਮਚੇ ਦੇ ਨਾਲ ਕੁਝ ਪਾ ਰਿਹਾ ਹੋਵੇ, ਨਹੀਂ ਤਾਂ ਐਸਾ ਹੀ ਹੁੰਦਾ ਭਾਈ ਕਹਿ ਦਿੰਦੇ ਆ ਜਿੱਦਾਂ ਤੂੰ ਪੀਜਿਆ ਉੱਦਾਂ ਦਾ ਤੂੰ ਖਾ ਰਿਹਾ ਵੱਢ ਰਿਹਾ, ਮਾਰ ਹੁਣ ਆਪਣੀ ਮੁਰਦੇ। ਸੋ ਦਾਸ ਨੂੰ ਇਹ ਬੜੀ ਚੰਗੀ ਗੱਲ ਲੱਗੀ। ਸੋ ਇਹ ਗੱਲ ਮੈਂ ਕਹਿ ਦੇਣੀ ਤਾਂ ਚੰਗੀ ਸਮਝੀ ਕਿਉਂਕਿ ਇਹ ਮੈਨੂੰ ਆਪ ਬੜੀ ਚੰਗੀ ਲੱਗੀ ਕਿ ਪਿਤਾ ਨੇ ਜੇ ਪੁੱਤਰ ਨੂੰ ਦਾਤ ਦਿੱਤੀ ਪਰਮਾਤਮਾ ਨੇ, ਪੁੱਤਰ ਦਾਤ ਪੁੱਤਰ ਪਾ ਕੇ ਕੁਝ ਇਹੋ ਜਿਹਾ ਕਮਾਵੇ ਕਿ ਜਿਹੜੇ ਆਪਣੇ ਮਾਂ ਬਾਪ ਦੇ ਕਹਿਣ ਦੇ ਵਿੱਚ ਰੋਵੇ ਔਰ ਅੰਤਮ ਸਵਾਸਾਂ ਤੱਕ ਆਪਣੇ ਮਾਤਾ ਪਿਤਾ ਦਾ ਕਹਿਣ ਦੇ ਕਾਰ ਮੰਨਣ ਯੋਗ ਜੋ ਉਹਨਾਂ ਨੇ ਕਹਿਣਾ ਉਹ ਮੰਨ ਕੇ ਦਿਖਾਵੇ, ਸਭ ਮੰਨ ਕੇ ਦਿਖਾਵੇ। ਜਿਹਨਾਂ ਨੂੰ ਸੋਝੀ ਆਈ ਉਹਨਾਂ ਨੇ ਪਰਮਾਤਮਾ ਨੂੰ ਆਖਿਆ ਕਿ ਬਹੁਤ ਜਲ ਪਿਛਲੇ ਦਿਨ ਮਾਧੁਰੀ ਜਨਮ ਪਾ ਲਏ, ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂਤਰਾਂ ਤੋਂ ਸਾਹ ਸਿੱਖੀ ਇਸ ਜਹਾਨ ਦੇ ਵਿੱਚ ਆ ਰਹੇ ਹਨ। ਮਹਾਰਾਜ ਕਹਿੰਦੇ ਕਈ ਜਨਮ ਪੈਰੋ ਕੀਟ ਪਤੰਗਾ, ਕਈ ਜਨਮ ਗਜ ਮੀਨ ਗੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਵਿੱਚ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰਨ ਕਾਲੇ ਦੇਹ ਸੰਜਰੀਆ, ਬੜੇ ਚਿਰਾਂ ਤੋਂ ਹੋਏ ਦੇਹੀ ਪ੍ਰਾਪਤ ਹੋਈ ਹੈ, ਪਤਾ ਨਹੀਂ ਕੀ ਕੁਝ ਬਣਦੇ ਆ ਰਹੇ ਹਾਂ ਅਸੀਂ। ਸੋ ਜਿਹਨਾਂ ਨੂੰ ਸੋਚੀ ਆਈ ਉਹਨਾਂ ਮਹਾਂਪੁਰਸ਼ਾਂ ਨੇ ਇਹ ਦਰਜ ਕਰ ਦਿੱਤਾ ਪਰਮਾਤਮਾ ਨੂੰ ਦੋਨੇ ਹੱਥ ਜੋੜ ਕੇ ਕਿ ਬਹੁਤ ਜਨ ਪਿਛਲੇ ਦੀ ਮਾਧੋ ਇਹ ਜਨਮ ਤੁਹਾਰੇ ਲੈ ਕੇ ਵੇਚੀ। ਜਿਰ ਪੈ ਦਰਸ਼ਨ ਦੇਖੇ, ਜਿਰ ਪੈ ਦਰਸ਼ਨ ਦੇ ਜਿਰ ਪੈ ਦਰਸ਼ਨ ਦੇਖੇ, ਜਿਰ ਪੈ ਦਰਸ਼ਨ ਦੇ ਕਹਿ ਲਗਦਾਸ ਆਸ ਲੱਗ ਜੀਵਾ
ਭਾਈ ਗੁਰਦਾਸ ਜੀ ਕਹਿੰਦੇ ਖਸਮੇ ਸੋਈ ਭਾਗ ਦਾ ਖਸਮੇ ਦਾ ਸੁਪਾਣਾ ਪਾ ਰਿਹਾ। ਅਕਾਲ ਪੁਰਖ ਨੂੰ ਉਹ ਚੰਗਾ ਲੱਗਦਾ ਜਿਸ ਨੂੰ ਅਕਾਲ ਪੁਰਖ ਦਾ ਖਾਣਾ ਚੰਗਾ ਲੱਗਦਾ। ਖਸਮੇ ਸੋਈ ਭਾਗ ਦਾ ਖਸਮੇ ਦਾ ਸੁਪਾਣਾ ਭਾਵ ਹੈ। ਸੋ ਗੁਰੂ ਕਿਰਪਾ ਕਰ ਪਰਿਵਾਰ ਨੂੰ ਭਾੜਾ ਪਿੱਠਾ ਕਰਕੇ ਮਨ ਦਾ ਬਖਸ਼ਿਸ਼ ਹੋਵੇ। ਫਿਰ ਤੋਂ ਗਰੀਬ ਰਿਵਾਜ ਪਰਿਵਾਰ ਨੂੰ ਖੁਸ਼ੀਆਂ ਖੇੜੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨ। ਆਓ ਅਨੰਦ ਸਭ ਨਾਲ ਜੁੜ ਕਰਕੇ ਸੱਚੇ ਮਨੋਂ ਅਰਦਾਸ ਕਰੀਏ ਤਾਂ ਕਿ ਸਤਿ ਸੱਚੇ ਪਾਤਸ਼ਾਹ ਜੀ ਸਾਡੀ ਅਰਦਾਸ ਨੂੰ ਸਵੀਕਾਰ ਕਰਕੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਾਡੀ ਆਵਾਜ਼ ਨੂੰ ਪਹੁੰਚਾਉਣ ਜਿਸ ਦੇ ਤਹਿਤ ਇਸ਼ਵਦਾਸ ਜੀ ਦੀ ਆਤਮਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਏ। ਸੋ ਇਸ ਵਿਛੋੜੇ ਦੀ ਜੋ ਤਾਂ ਪਰਿਵਾਰ ਨੂੰ ਬਖਸ਼ਿਸ਼ ਹੋਈ ਹੈ ਉਸਦੀ ਸਾਂਝ ਕਰਨ ਵਾਸਤੇ ਦੁੱਖ ਵਟਾਉਣ ਵਾਸਤੇ ਹਲਕਾ ਵਿਧਾਇਕ ਸ੍ਰੀ ਪਵਨ ਕੁਮਾਰ ਜੀ ਢਿੱਲੋਂ ਉਸ ਸੰਗਤਾਂ ਦੇ ਵਿੱਚ ਪਹੁੰਚ ਗਏ ਨੇ। ਸੋ ਕੁਦਰਤੀ ਗੱਲ ਹੈ ਜਿਸ ਨੂੰ ਪਰਮਾਤਮਾ ਵਡਿਆਈ ਦੇਵੇ ਵੱਡਾ ਮਨੁੱਖ ਬਣਾ ਦੇ ਤੇ ਅਗਰ ਇਹ ਖੁਸ਼ੀ ਗੁਣ ਸਵਾਈ ਹੋ ਜਾਂਦੀ ਹੈ ਅਗਰ ਦੁੱਖ ਦੇ ਵਿੱਚ ਉਹ ਸ਼ਰੀਕ ਬਣੇ ਤੇ ਬਹੁਤ ਸਾਰਾ ਦੁੱਖ ਪਰਿਵਾਰ ਵਾਲਿਆਂ ਦਾ ਬਹੁਤ ਸਾਰਾ ਦੁੱਖ ਆਪਣੇ ਪਰਮਾਤਮਾ ਵਡਿਆਈ ਬਖਸ਼ੇ ਵਡਿਆਈ ਉਸੇ ਨੂੰ ਮਿਲਦੀ ਹੈ। ਸੋ ਆਓ ਅਨੰਦ ਸਾਹਿਬ ਦੇ ਨਾਲ ਜੁੜ ਕਰਕੇ ਸਾਰੇ ਜਣੇ ਮਿਲ ਕਰਕੇ ਆਪਾਂ ਅਨੰਦ ਸਾਹਿਬ ਦੇ ਨਾਲ ਜੁੜਨਾ। ਰਾਮ ਕਲੀ ਮਹਿਲਾ ਤੀਜਾ ਅਨੰਦ ਜੋਗਾ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਬਜੀਆ ਗਾਜਰ ਤਨ ਪਰਵਾਨ ਭਰਿਆ ਸ਼ਬਦ ਗਾਵਿਆ ਸਤਿਗੁਰ ਦਾ ਕਾਮੋ ਹਰੀ ਕੇਰਾ ਮਨ ਜਿਨੀ ਬਰਸਾਇਆ ਕਹਿ ਕੇ ਨਾਨਕ ਆਨੰਦ ਹੋਆ ਸਤਿਗੁਰੂ ਨੇ ਪਾਇਆ ਇਹ ਮਨ ਮੇਰਾ ਤੂੰ ਸਦਾ ਸਤਿ ਸ੍ਰੀ ਅਕਾਲ।
Thank you.
ਸ਼ੁਕਰ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਹਿਬ
ਮੈਂ ਆਪਣੇ ਵੱਲੋਂ ਵੀ ਆਪਣੀ ਪਾਰਟੀ ਵੱਲੋਂ ਵੀ ਸਾਰੇ ਇਲਾਕੇ ਦੇ ਮੈਂ ਦੇਖ ਲਿਆ
ਸਾਰੇ ਪਰਮਾਤੇ ਸੱਜਣ ਆਏ, ਸਾਰੀਆਂ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਸਾਰੇ ਧਾਰਮਿਕ ਜਥੇਬੰਦੀਆਂ ਦੇ ਸੱਜਣ ਇੱਥੇ ਆਏ ਆ। ਉਹ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦਾ ਵੀ ਸਾਰੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਗੜੀ ਦੀ ਕਸਮ, ਉਹ ਰਾਮ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਹ ਕਰ ਦਿੱਤੀ ਜਾਵੇ। Thank you.